ਅੱਜ ਅਸੀਂ ਉਹਨਾਂ ਤਿੰਨ ਦੋਸਤਾਂ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਤੁਸੀਂ ਕਹਾਣੀ ਸੁਣ ਕੇ ਹੈਰਾਨ ਰਹਿ ਜਾਓਗੇ ਇਕੱਠੇ ਪੜ੍ਹੇ ਤੇ ਫਿਰ ਇਕੱਠੇ ਉਹ ਤਿਆਰੀ ਕਰਦੇ ਨੇ ਯੂਪੀਐਸਸੀ ਦੀ ਤੇ ਫਿਰ ਤਿੰਨੇ ਜਣੇ ਸੈਲੈਕਟ ਹੋ ਜਾਂਦੇ ਨੇ ਦੋ ਆਈਐਸ ਅਫੀਸਰ ਬਣ ਜਾਂਦੇ ਨੇ ਇੱਕ ਆਈਪੀਐਸ ਅਫੀਸਰ ਬਣ ਜਾਂਦਾ ਹੈ ਹਾਲਾਂਕਿ ਜਦੋਂ ਆਪਾਂ ਗ੍ਰੈਜੂਏਸ਼ਨ ਤੋਂ ਬਾਅਦ ਵੱਖ-ਵੱਖ ਮੁਕਾਬਲਿਆਂ ਵਾਸਤੇ ਤਿਆਰੀ ਕਰਦੇ ਆਂ ਤੇ ਬੜਾ ਦੋਸਤਾਂ ਨੂੰ ਮਿਲਣਾ ਜੁਲਣਾ ਬੰਦ ਕਰ ਦਿੰਦੇ ਨੇ ਲੇਕਿਨ ਕੁਝ ਇਹਹੀ ਦੋਸਤ ਨੇ ਜਿਨ੍ਹਾਂ ਨੇ ਪੜ੍ਹਾਈ ਵੀ ਇਕੱਠੀ ਕੀਤੀ ਤੇ ਜੁਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਹਰ ਸਾਲ ਜਿਹੜਾ ਆਈਐਸ ਦਾ ਐਗਜ਼ਾਮ ਲੈ ਜਾਂਦੇ ਨੇ ਜਾਂ ਆਈਪੀਐਸ ਉਹਦੇ 'ਚ ਉਹਨਾਂ ਨੇ ਇਕੱਠਿਆਂ ਤਿਆਰੀ ਕੀਤੀ ਔਰ ਉਸ ਤੋਂ ਬਾਅਦ ਇਕੱਠੇ ਹੀ ਸਿਲੈਕਟ ਹੋ ਜਾਂਦੇ ਨੇ ਇਹ ਤਿੰਨ ਦੋਸਤਾਂ ਦੀ ਖਾਣੀ ਵੈਸੇ ਤੁਹਾਨੂੰ ਇੱਕ ਹੋਰ ਆ ਰੋਚਕਤਾ ਭਰੀ ਗੱਲ ਵੀ ਦੱਸ ਦਿੰਦੇ ਕਿ ਜਿਹੜੀ ਇਸ ਵਾਰ ਪੰਜਾਬ ਵਿਧਾਨ ਸਭਾ ਦੇ ਵਿੱਚ 92 ਐਮਐਲਏ ਆਵਾਦੀ ਪਾਰਟੀ ਦੇ ਚੁਣੇ ਗਏ ਨੇ ਉਹਦੇ 'ਚ ਵੀ ਤਿੰਨ ਦੋਸਤ ਨੇ ਜਿਨ੍ਹਾਂ ਨੇ ਇਕੱਠਿਆਂ ਨੇ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਆ ਉੱਤ ਤਿੰਨੇ ਵਿਧਾਇਕ ਬਣ ਗਏ ਨੇ ਚਾਹੇ ਉਹਦੇ ਵਿੱਚ ਗੁਰਮੀਤ ਸਿੰਘ ਹੋਣੀ ਮੀਤ ਹੋਰ ਹੋਣ ਚਾਹੇ ਅਮਰਿਤਪਾਲ ਸਿੰਘ ਸੁਖਾਨੰਦ ਹੋਵੇ ਚਾਹੇ ਅਮੋਲਕ ਸਿੰਘ ਇਹਨਾਂ ਇਕੱਠਿਆਂ ਨੇ ਗ੍ਰੈਜੂਏਸ਼ਨ ਕੀਤੀ ਆ ਹਾਲਾਂਕਿ ਮੀਤ ਇਹ 2017 ਚ ਵੀ ਐਮਐਲਏ ਬਣ ਗਏ ਸੀ ਲੇਕਿਨ 22 ਦੇ ਵਿੱਚ ਤਿੰਨੇ ਐਮਐਲਏ ਬਣ ਗਏ ਨੇ ਮੀਤ ਦੇ ਬਰਨਾਲੇ ਤੋਂ ਦੂਜੀ ਵਾਰ ਬਣੇ ਨੇ ਬਾਗਾ ਪ੍ਰਾਣਾ ਤੋਂ ਅਮਰਿਤਪਾਲ ਸਿੰਘ ਸੁਖਾਨੰਦ ਅਤੇ ਜੱਤੋ ਤੋਂ ਅਮੋਲਕ ਸਿੰਘ ਹੁਣ ਸਵਾਲ ਜਿਸ ਅਸੀਂ ਆਈਐਸ ਅਫਸਰਾਂ ਦੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਉਹ ਆ ਕਿ ਦੋ ਆਈਐਸ ਬਣ ਕੇ ਇੱਕ ਆਈਪੀਐਸ ਬਣ ਗਏ ਇਕੱਠੇ ਬੜੇ ਇਕੱਠਿਆਂ ਨੇ ਜੂਨੀਅਰ ਪਬਲਿਕ ਸਰਵਿਸ ਕਮਿਸ਼ਨ ਦੀ ਤਿਆਰੀ ਕੀਤੀ ਯੂਪੀਐਸਸੀ ਤਿਆਰੀ ਕੀਤੀ ਔਰ ਇੰਡੀਆ ਦੀ ਬਿਹਤਰੀਨ ਜਿਹੜੀਆਂ ਪ੍ਰਸ਼ਾਸਨਿਕ ਸਵਾਵਾ ਨੇ ਉਹਦੇ ਵਾਸਤੇ ਸਿਲੈਕਟ ਹੋ ਗਏ ਨੇ ਹਾਲਾਂਕਿ ਜਦੋਂ ਇਹ ਤਿੰਨ ਦੋਸਤਾਂ ਦੀ ਕਹਾਣੀ ਪਤਾ ਲੱਗੀ ਤੇ ਕਈਆਂ ਵਾਸਤੇ ਪ੍ਰੇਰਨਾ ਸਰੋਤ ਬਣ ਗਈ ਹੈਗੀ ਹੈ ਕਿਉਂਕਿ ਆਈਪੀਐਸ ਬੰਨਾ ਆਈਐਸ ਬੰਨਾ ਆਪਣੇ ਅੱਜ ਇੱਕ ਕਾਮਯਾਬੀ ਹੁੰਦੀ ਆ ਜਿਹੜੇ ਦੋ ਆਈਐਸ ਬਣੇ ਨੇ ਦੋਸਤ ਉਹਨੇ ਵਿਸ਼ਾਲ ਮਿਸ਼ਰਾ ਤੇ ਗੌਰਵ ਵਿਜੇਰਾਮ ਕੁਮਾਰ ਤੇ ਜਿਹੜੇ ਆਈਪੀਐਸ ਸਿਲੈਕਟ ਹੋਏ ਨੇ ਉਹ ਹੋ ਗਿਆ ਸਾਦ ਮੀਆਂ ਖਾਨ ਹੁਣ ਜਦੋਂ ਵੀ ਕੋਈ ਪ੍ਰੀਖਿਆ ਦੀ ਤਿਆਰੀ ਕਰਦੇ ਆਂ ਜਦੋਂ ਕੋਈ ਮੁਕਾਬਲਾ ਹੁੰਦਾ ਪੋਸਟਾਂ ਨੂੰ ਲੈ ਕੇ ਤੇ ਬੰਦਾ ਖਾਸ ਤੌਰ ਤੇ ਜਾਂ ਆਮ ਤੌਰ ਤੇ ਮਿਲਣਾ ਜੁਲਣਾ ਬੰਦ ਕਰ ਦਿੰਦਾ ਹੈ ਕਿ ਤਿਆਰੀ ਕੀਤੀ ਜਾਵੇ ਤੇ ਸਿਲੈਕਟ ਹੋ ਜਾਵੇ ਤੇ ਜ਼ਿਆਦਾ ਵਧੀਆ ਰਹੇਗਾ ਪਰ ਇਹ ਜਿਹੜੇ ਸਾਦ ਮੀਆਂ ਖਾਨ ਵਿਸ਼ਾਲ ਮਿਸ਼ਰਾ ਤੇ ਗੌਰਵ ਵਿਜੇ ਰਾਮਕੁਮਾਰ ਇਹਨਾਂ ਦੀ ਕਹਾਣੀ ਵੱਖਰੀ ਹੈ ਇਹ ਪੜ੍ਹਾਈ ਵੀ ਇਕੱਠੀ ਕੀਤੀ ਤੇ ਯੂਪੀਐਸਸੀ ਦੀ ਤਿਆਰੀ ਵੀ ਇਕੱਠੀ ਕੀਤੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੋਨਾਂ ਦੇ ਰੈਂਕ ਵੀ ਤਿੰਨਾਂ ਦੇ ਰੈਂਕ ਵੀ ਚੰਗੇ ਆਏ ਨੇ ਅਗਰ ਸਾਦਮੀਆਂ ਖਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਯੂਪੀਐਸਸੀ ਦਾ ਜਿਹੜਾ ਰਿਜ਼ਲਟ ਆਇਆ ਉਹਦੇ 'ਚ ਉਹਨਾਂ ਦਾ ਇੰਡੀਆ ਲੈਵਲ ਤੇ ਰੈਂਕ ਸੀ 25 ਤੇ 25 ਰੈਂਕ ਹਾਸਲ ਕਰਕੇ ਉਹਨਾਂ ਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਹੈ ਜਿਹੜਾ ਸਾਦਮੀਆਂ ਖਾਨ ਨੇ ਇਹ ਰਹਿਣ ਵਾਲੇ ਬਜਨੌਰ ਦੇ ਨੇ ਉਹਨਾਂ ਨੇ ਕਾਨਪੂਰ ਦੇ ਦੋਸਤ ਵਿਸ਼ਾਲ ਦੇ ਨਾਲ ਉਹਨਾਂ ਨੇ ਬੀਟੈਕ ਦੀ ਡਿਗਰੀ ਕੀਤੀ ਫਿਰ 2007 ਵਿੱਚ ਦੋਨਾਂ ਦੇ ਵਿਚਕਾਰ ਦੋਸਤੀ ਹੋ ਗਈ ਔਰ ਜਿਹੜਾ ਗੌਰਵ ਵਿਜੇ ਰਾਮ ਆ ਇਹਨਾਂ ਦੋਨਾਂ ਦੀ ਜਿਹੜੀ ਮੁਲਾਕਾਤ ਆ ਇਹ ਦਿੱਲੀ ਵਿੱਚ ਹੋਈ ਬਤਲ ਜਿਹੜਾ ਸਾਦਮੀਆਂ ਖਾਨ ਤੇ ਜਿਹੜੇ ਦੂਸਰੇ ਨੇ ਵਿਸ਼ਾਲ ਮਿਸ਼ਰਾ ਇਹਨਾਂ ਦੀ ਜਦੋਂ ਬੀਟੈਕ ਦੀ ਡਿਗਰੀ ਕਰ ਰਹੇ ਸੀ ਦੋਸਤੀ ਬਣੀ ਤੇ ਤੀਜਾ ਦੋਸਤ ਉਹਨਾਂ ਨੂੰ ਦਿੱਲੀ ਮਿਲਿਆ ਪਹਿਲਾਂ ਦੋਨਾਂ ਦੀ ਬਜਨੌਰ ਦੇ ਵਿੱਚ ਹੋਈ ਤੇ ਵਿਜੇ RAM ਜਿਹੜੇ ਇਹਨਾਂ ਨੂੰ ਦਿੱਲੀ ਮਿਲਿਆ ਜਿਸ ਤੋਂ ਬਾਅਦ ਤਿੰਨੇ ਆਪਸ ਦੇ ਵਿੱਚ ਪੱਕੇ ਦੋਸਤ ਬਣ ਗਏ ਅ ਸਾਦ ਅਤੇ ਵਿਸ਼ਾਲ ਮਿਸ਼ਰਾ ਨੇ 212 ਵਿੱਚ ਸਿਵਲ ਇੰਜੀਨੀਅਰਿੰਗ ਦੇ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਉਸ ਤੋਂ ਬਾਅਦ ਉਹ ਯੂਪੀਐਸਸੀ ਦੀ ਤਿਆਰੀ ਕਰਨ ਵਾਸਤੇ ਉਹਨਾਂ ਨੇ ਫੈਸਲਾ ਕੀਤਾ ਕਿ ਯੂਪੀਐਸਸੀ ਕਲੀਅਰ ਕੀਤਾ ਜਾਵੇ ਤੇ ਤਿਆਰੀ ਵਾਸਤੇ ਦਿੱਲੀ ਆ ਗਏ ਤੇ ਦਿੱਲੀ ਉਹਨਾਂ ਦੀ ਮੁਲਾਕਾਤ ਗੌਰਵ ਦੇ ਨਾਲ ਹੋ ਗਈ ਤੇ ਫਿਰ ਤਿੰਨਾਂ ਨੇ ਇਕੱਠਿਆਂ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਗੱਲ ਕਰਦੇ ਸਾਦਮੀਆਂ ਖਾਨ ਦੀ ਸਾਦਮੀਆਂ ਖਾਨ ਨੇ ਜਿਹੜੀ ਤਿਆਰੀ ਕੀਤੀ ਹੈਗੀ ਉਹ ਹਾਲਾਂਕਿ ਪਹਿਲੀ ਤਿਆਰੀ ਵਿੱਚ ਉਹ ਸਫਲ ਰਹੇ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਪੰਜਵੀਂ ਤਿਆਰੀ ਦੇ ਵਿੱਚ ਉਹਨਾਂ ਨੇ ਇੰਡੀਆ ਪੱਧਰ ਤੇ ਪੰਜਵੀਂ ਰੈਂਕ ਹਾਸਲ ਕੀਤਾ ਹਾਲਾਂਕਿ ਯੂ ਪੀ ਐਸ ਸੀ ਦੇ ਵਿੱਚ ਇੰਨੀ ਵਧੀਆ ਪੋਜੀਸ਼ਨ ਕਿਉਂਕਿ 25 ਰੈਂਕ ਆ ਚੁੱਕਾ ਉਹ ਆਈ ਐਸ ਵੀ ਬਣ ਸਕਦੇ ਸੀ ਲੇਕਿਨ ਉਹਨਾਂ ਨੇ ਆਈ ਐਸ ਅਫਸਰ ਬਣਨ ਦੀ ਬਜਾਏ ਆਈ ਪੀ ਐਸ ਅਫਸਰ ਬਨਣਾ ਪਹਿਲ ਦਿੱਤੀ ਐਸ ਟਾਈਮ ਉਹ ਆਈ ਪੀ ਐਸ ਆਫੀਸਰ ਨੇ ਉਸ ਤੋਂ ਬਾਅਦ ਗੱਲ ਕੀਤੇ ਹੋਏ ਇਹਨਾਂ ਦੇ ਜਿਹੜੇ ਸਾਦਮੀਆਂ ਖਾਂਦੇ ਜਿਹੜੇ ਨੰਬਰ ਆਏ ਨੇ ਜਿਹੜਾ ਯੂਪੀਐਸਸੀ ਮੇਨਸ ਦੇ ਵਿੱਚ ਜਨਰਲ ਨੌਲੇਜ ਦਾ ਜੀਐਸ ਦਾ ਪੇਪਰ ਆ ਉਹਦੇ ਵਿੱਚ ਇਹਨੇ 121 ਮਾਰਕਸ ਨੰਬਰ ਹਾਸਲ ਕੀਤੇ ਉਸ ਤੋਂ ਬਾਅਦ ਜੀਐਸ 2 ਜੀਐਸ 3 ਜੀਐਸ 4 ਦੇ ਵਿੱਚ ਲਗਾਤਾਰ 120 124 ਤੇ 94 ਨੰਬਰ ਹਾਸਲ ਕੀਤੇ ਤੇ ਉਹਦਾ ਜਿਹੜਾ ਆਪਸ਼ਨਲ ਸਬਜੈਕਟ ਸੀ ਉਹ ਜੀਓਗ੍ਰਾਫੀ ਸੀ ਹੁਣ ਦੂਜੇ ਜਿਹੜੇ ਦੋਸਤ ਆਈਐਸ ਸਿਲੈਕਟ ਹੋ ਗਏ ਨੇ ਗੌਰਵ ਵਿਜੇ ਕੁਮਾਰ ਗੌਰਵ ਵਿਜੇ ਕੁਮਾਰ ਨੇ ਵੀ ਜੁਪੀਐਸਸੀ ਤਿਆਰੀ ਇਕੱਠਿਆਂ ਕੀਤੀ ਹੈਗੀ ਉਹਨਾਂ ਦਾ ਰੈਂਕ 34 ਸੀ ਜਿਵੇਂ ਇੱਕ ਦੋਸਤ ਦਾ 25 ਸੀ ਤੇ ਗੌਰਵ ਵਿਜੇ ਰਾਮ ਦਾ ਰੈਂਕ 34 ਸੀ ਔਰ ਤਿੰਨਾਂ ਦੀ ਦੋਸਤੀ ਪੱਕੀ ਸੀ ਤਿਆਰੀ ਇਕੱਠੀ ਕੀਤੀ ਸੀ ਇਹ ਇੰਟਰਵਿਊ ਦੇ ਵਿੱਚ ਗੌਰਵ ਵਿਜੇ ਰਾਮ ਕੁਮਾਰ ਦੱਸਦੇ ਨੇ ਕਿ ਉਹਨਾਂ ਜੀ ਜੋ ਤਿਆਰੀ ਕੀਤੀ ਗਈ ਤੇ ਤੁਸੀਂ ਇਕੱਠਿਆਂ ਦੀ ਤਿਆਰੀ ਕੀਤੀ ਕਿੰਨਾ ਫਾਇਦਾ ਹੈ ਉਹਨਾਂ ਨੇ ਜਵਾਬ ਦਿੱਤਾ ਕਿ ਜਦੋਂ ਮੈਂ ਆਪਣੇ ਦੋਸਤਾਂ ਦੇ ਨਾਲ ਡਿਸਕਸ ਕਰਦਾ ਸੀ ਮੁੱਦਿਆਂ ਨੂੰ ਲੈ ਕੇ ਪ੍ਰਸ਼ਨਾਂ ਨੂੰ ਲੈ ਕੇ ਯੋਜਨਾਵਾਂ ਨੂੰ ਲੈ ਕੇ ਤੇ ਉਹਦੇ ਨਾਲ ਸਾਨੂੰ ਫਿਰ ਆਪਸ ਵਿੱਚ ਬਿਹਤਰ ਰਣਨੀਤੀ ਬਣੀ ਬਣ ਗਈ ਬਣ ਜਾਂਦੀ ਸੀ ਤੇ ਫਿਰ ਸਾਨੂੰ ਤਿੰਨਾਂ ਨੂੰ ਕਾਫੀ ਮਦਦ ਮਿਲਦੀ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਗੌਰਵ ਨੇ ਚੁੱਪ ਥੇ ਜਤਨ ਦੇ ਵਿੱਚ ਉਹਨਾਂ ਨੇ यूपीएससी ਕਲੀਅਰ ਕੀਤੀ ਹੈਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਸ਼ੁਰੂਆਤੀ ਤੌਰ ਤੇ ਜਦੋਂ ਮੇਨ ਪ੍ਰੀਖਿਆ ਵਾਸਤੇ ਤਿਆਰੀ ਕਰ ਰਿਹਾ ਸੀ ਤੇ ਜਿਆਦਾ ਵਿੱਚ ਉਹਨਾਂ ਨੇ ਇੰਟਰਵਿਊ ਦੇ ਵਿੱਚ ਤੇ ਜਿਆਦਾ ਉਹਨਾਂ ਨੇ ਕਿਹਾ ਕਿ ਉਹਨੂੰ ਜਨਰਲ ਸਟੱਡੀ ਦੇ ਵਿੱਚੋਂ ਚੰਗੇ ਨੰਬਰ ਨਹੀਂ ਮਿਲੇ ਸੀ ਲੇਕਿਨ ਫਿਰ ਵੀ ਉਹਨਾਂ ਨੂੰ ਇੰਡੀਆ ਲੈਵਲ ਤੇ ਉਹਨਾਂ ਦਾ 34ਵਾਂ ਰੈਂਕ ਆਇਆਗਾ ਔਰ ਉਹ ਆਈਐਸ ਸਿਲੈਕਟ ਹੋ ਗਏ। ਜਿ세 ਤਾ ਤੀਸਰਾ ਜਿਹੜਾ ਦੋਸਤ ਆ ਉਹ ਵਿਸ਼ਾਲ ਮਿਸ਼ਰਾ ਵਿਸ਼ਾਲ ਮਿਸ਼ਰਾ ਜੱਦੀ ਤੌਰ ਤੇ ਉੱਤਰਾਖੰਡ ਸੂਬੇ ਦਾ ਰਹਿਣ ਵਾਲਾ ਕਨਪੁਰ ਦੇ ਵਿੱਚ ਜਦੋਂ ਪੜ੍ਹਾਈ ਕੀਤੀ ਤੇ ਵਿਸ਼ਾਲ ਮਿਸ਼ਰਾ ਤੇ ਸਾਦ ਮੀਆਂ ਖਾਨ ਦੀ ਦੋਸਤੀ ਹੋ ਗਈ ਦੋਨੇ ਪੇਸ਼ੇ ਤੋਂ ਇੰਜੀਨੀਅਰ ਸਰ ਔਰ ਉਹਨਾਂ ਨੇ IIT ਕਾਨਪੁਰ ਤੋਂ MTech ਦੀ ਡਿਗਰੀ ਹਾਸਲ ਕੀਤੀ ਐ ਫਿਰ UPSC ਦੀ ਤਿਆਰੀ ਲਈ ਉਹ ਦਿੱਲੀ ਇਕੱਠੇ ਹੋਏ ਨੇ ਤੇ ਉਹਨਾਂ ਨੇ ਫਿਰ ਨਿੰਜਵਾਨਿੰਗ ਮਤਲਬ ਨਿੰਜਾ ਰੈਂਕ ਉਧਾਇਆ ਇੰਡੀਆ ਲੈਵਲ ਤੇ ਔਰ ਉਸ ਤੋਂ ਬਾਅਦ ਉਹ IAS ਬਣ ਗਏ ਔਰ ਤਿੰਨਾਂ ਦੋਸਤਾਂ ਦੀ ਕਮਾਲ ਦੀ ਤਾਲਮਿਲ ਸਿਆਪ ਦੇ ਵੀ ਇੱਕ ਦਾ 5ਵੀਂ ਰੈਂਕ ਆ ਇੱਕ ਦਾ 3ਵੀਂ ਆਇਆ ਤੇ ਇੱਕ ਦਾ ਨਿੰਜਵਾਨ ਨਿੰਜਾ ਰੈਂਕ ਆਇਆ ਇੰਡੀਆ ਲੈਵਲ ਤੇ ਦੋਸ ਇਹ ਤਿੰਨ ਦੋਸਤਾਂ ਦੀ ਕਹਾਣੀ ਹੈ ਹਾਲਾਂਕਿ ਜਦੋਂ ਆਮ ਤੌਰ ਤੇ ਜਦੋਂ ਵੀ ਕੋਈ ਐਗਜ਼ਾਮ ਦੇਣੇ ਹੁੰਦੇ ਨੇ ਤੇ ਦੋਸਤਾਂ ਨਾਲੋਂ ਬੰਦਾ ਮਿਲਣਾ ਜੁਲਣਾ ਘੱਟ ਕਰ ਦਿੰਦਾ ਲੇਕਿਨ ਇਹ ਦੋਸਤ ਘੁੰਮਦੇ ਵੀ ਰਹੇ ਪੜ੍ਹਾਈ ਵੀ ਕਰਦੇ ਰਹੇ ਯੂਪੀਐਸ ਦੀ ਤਿਆਰੀ ਵੀ ਕਰਦੇ ਰਹੇ ਔਰ ਇਹ ਆਈਪੀਐਸ ਤੇ ਆਈਏ ਸੈਲੈਕਟ ਹੋ ਗਏ ਤੇ ਲਾਜ਼ਮੀ ਤੌਰ ਤੇ ਇਹ ਤਿੰਨ ਦੋਸਤਾਂ ਦੀ ਕਹਾਣੀ ਜਿਹੜੀ ਤੁਹਾਡੇ ਨੂੰ ਅਸੀਂ ਸਾਂਝੀ ਕੀਤੀ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਕਿਉਂਕਿ ਅਜਿਹੀਆਂ ਕਹਾਣੀਆਂ ਤੁਹਾਨੂੰ ਅਕਸਰ ਅਸੀਂ ਇਸ ਕਰਕੇ ਦੱਸਦੇ ਕਿ ਕਈ ਕਹਾਣੀਆਂ ਜਿਹੜੀਆਂ ਪ੍ਰੇਰਣਾਦਾਇਕ ਜਾਂ ਪ੍ਰੇਰਨਾ ਸਰੂਤ ਬਣ ਜਾਂਦੀਆਂ ਹੈਗੀਆਂ ਕਿ ਜੇ ਤੁਸੀਂ ਮਿਹਨਤ ਕਰਦੇ ਹੋ ਤੁਹਾਡੇ ਚ ਕੁਝ ਕਰਨ ਦਾ ਟੀਚਾ ਰੱਖਿਆ ਹੈਗਾ ਤੇ ਲਾਜ਼ਮੀ ਤੌਰ ਤੇ ਤੁਹਾਨੂੰ ਕਾਮਯਾਬੀ ਮਿਲਦੀ ਹੈ ਔਰ ਜਦੋਂ ਤੁਸੀਂ ਅਜਿਹੇ ਯੂਪੀਐਸਸੀ ਦੀ ਤਿਆਰੀ ਕਰਦੇ ਉਹਦੇ ਚ ਸਭ ਤੋਂ ਵੱਡੀ ਗੱਲ ਇਹ ਤੁਹਾਡੀ ਡਿਸਕਸ਼ਨ ਜਿਹੜੀ ਕੰਮ ਆਉਂਦੀ ਹੈ ਕਿਉਂਕਿ ਜਿੰਨੀ ਤੁਸੀਂ ਕਿਸੇ ਨਾਲ ਡਿਸਕਸ ਕਰੋਗੇ ਜਿਹੜੀ ਹੈਲਦੀ ਡਿਸਕਸ਼ਨ ਹੁੰਦੀ ਹੈ ਉਹਦੇ ਚ ਹਮੇਸ਼ਾ ਜਿਹੜੇ ਪੋਜ਼ਿਟਿਵ ਜਿਹੜੀ ਸਾਈਨ ਮਿਲਦੇ ਹੈਗੇ ਨੇ ਪੋਜ਼ਿਟਿਵ ਵਾਈਬਸ ਮਿਲਦੀਆਂ ਹੈਗੀਆਂ ਨੇ ਔਰ ਤੁਹਾਡੇ ਚ ਜਿਹੜੀ એનર્ਜੀ ਲੈਵਲ ਉਹ ਹੋਰ ਬੂਸਟ ਹੁੰਦਾ ਤੁਹਾਨੂੰ ਹੋਰ એનર્ਜੀ ਮਿਲਦੀ ਹੈਗੀਆਂ ਹੋਰ ਜੋਸ਼ ਮਿਲਦਾ ਹੋਰ ਜਜ਼ਬਾ ਮਿਲਦਾ ਹੈਗਾ ਜਿਵੇਂ ਸਾਦਮੀਆਂ ਖਾਨ ਮਿਸ਼ਰੇ ਦੀ ਕਹਾਣੀ ਦੱਸੀ ਹੈ ਤੁਹਾਨੂੰ ਵਿਜੇਰਾਮ ਕੁਮਾਰ ਹੋਣ ਦੀ ਕਹਾਣੀ ਦੱਸੀ ਹੈ ਤੇ ਲਾਜ਼ਮੀ ਤੌਰ ਤੇ ਜਦੋਂ ਅਜਿਹੀਆਂ ਕਹਾਣੀਆਂ ਇੱਕ ਸਫਲਤਾ ਪੂਰਵਕ ਦੇ ਤੌਰ ਤੇ ਜਾਂ ਇੱਕ ਪ੍ਰੇਰਨਾ ਸਰੋਤ ਦੇ ਵਜੋਂ ਇੰਡੀਆ ਦੇ ਵਿੱਚ ਪੜ੍ਹਾਇਆਂ ਜਾਂਦੀਆਂ ਸੁਣਾਈਆਂ ਜਾਂਦੀਆਂ ਤੇ ਜਿਹੜੇ ਹੋਰ ਜਿਹੜੇ ਯੂਪੀਐਸਸੀ ਦੀ ਤਿਆਰੀ ਕਰਦੇ ਜਾਂ ਜਿਨ੍ਹਾਂ ਨੇ ਹੋਰ ਮਨ ਮਨ ਚ ਸੋਚ ਕੇ ਰੱਖਿਆ ਕਿ ਇਹ ਟਾਰਗੇਟ ਪੂਰਾ ਕਰਨਾ ਤੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਫਿਰ ਇੱਕ ਕਾਮਯਾਬੀਆਂ ਜਿਹੜੀਆਂ ਕਹਾਣੀਆਂ ਉਹ ਬਹੁਤ ਹੌਸਲਾ ਦਿੰਦੀਆਂ ਨੇ ਔਰ ਫਿਰ ਇੱਕ ਰਾਹ ਚੁਣਨ ਵਾਸਤੇ ਵੀ ਇੱਕ ਮੰਜ਼ਲ ਵੱਲ ਤੁਹਾਨੂੰ ਤੱਕਦੀਆਂ ਨੇ ਤੇ ਉਮੀਦ ਕਰਦੇ ਜਿਹੜੀ ਅਸੀਂ ਤਿੰਨ ਦੋਸਤਾਂ ਦੀ ਕਹਾਣੀ ਦੱਸੀ ਹੈ ਕਿ ਕਿਵੇਂ ਇਹ ਤਿੰਨ ਦੋਸਤ ਇੰਡੀਆ ਦੀ ਬਿਹਤਰੀਨ ਜਿਹੜੀ ਜੋਬ ਮੰਨੀ ਜਾਂਦੀ ਹੈ ਪ੍ਰਸ਼ਾਸਨਿਕ ਸਵਾਵਾਂ ਦੇ ਵਿੱਚ ਕੋਈ ਚੰਗੀਆਂ ਜਿਹੜੀ ਇੱਕ ਇੱਜ਼ਤ ਵਾਲੀ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਔਰ ਮਾਪਿਆਂ ਵਾਸਤੇ ਵੀ ਸਮਾਜ ਵਾਸਤੇ ਕਿ ਫੁਲਾਣੇ ਦਾ ਮੁੰਡਾ ਆਈਪੀਐਸ ਜਾਂ ਆਈਐਸ ਬਣ ਗਿਆ ਜਾਂ ਫੁਲਾਣੇ ਦੀ ਧੀ ਆਈਪੀਐਸ ਜਾਂ ਆਈਐਸ ਬਣ ਗਿਆ ਜਾਂ ਪਿੱਛੇ ਜਿਵੇਂ ਪੰਜਾਬ ਦੇ ਵਿੱਚ ਕੁੜੀਆਂ ਜੱਜ ਬਣੀਆਂ ਹੈਗੀਆਂ ਤੇ ਸਾਰੇ ਪੰਜਾਬ ਨੇ ਹੱਸ-ਹੱਸ ਕੇ ਉਹ ਕੁੜੀਆਂ ਨੂੰ ਵਧਾਈਆਂ ਦਿੱਤੀਆਂ ਤੇ ਬਹੁਤ ਸਾਰੇ ਲੋਕ ਅੱਜ ਵੀ ਉਹਨਾਂ ਕੁੜੀਆਂ ਨੂੰ ਘਰ ਜਾ ਕੇ ਮਿਲਦੇ ਨੇ ਹੌਸਲਾ ਅਫਜ਼ਾਈ ਦਿੰਦੇ ਨੇ ਤੇ ਫਿਰ ਇਹ ਆਸ ਕਰਦੇ ਕਿ ਜਿਵੇਂ ਇਸ ਧੀ ਨੂੰ ਇਸ ਘਰ ਵਿੱਚ ਜਨਮ ਲਿਆ ਤੇ ਕਾਸ਼ ਇਹ ਧੀ ਸਾਡੀ ਹੁੰਦੀ ਇਸ ਤਰ੍ਹਾਂ ਹੀ ਇਹ ਕਹਾਣੀਆਂ ਤੁਹਾਨੂੰ ਦੱਸੀਆਂ ਉਮੀਦ ਕਰਦੇ ਕਹਾਣੀ ਤੁਹਾਨੂੰ ਸੰਬਧ ਯੂਵੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ